ਬੀਤੇ ਦਿਨੀ ਮਾਨ ਸਿੰਘ ਬਾਲਾ ਵਿਖੇ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਭੇਦਭਰੀ ਹਾਲਤ ਵਿੱਚ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਅੱਜ ਪੁਲਿਸ ਜ਼ਿਲ੍ਹਾ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ 'ਤੇ SP ਮਨਵਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਬਰੀਵਾਲਾ ਦੀ SHO ਰੁਪਿੰਦਰਪਾਲ ਕੌਰ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ 'ਤੇ SP ਸ਼੍ਰੀ ਮੁਕਤਸਰ ਸਾਹਿਬ ਦੇ ਮਨਵਿੰਦਰ ਵੀਰ ਸਿੰਘ ਨੇ ਕਿਹਾ 27-28 ਤਰੀਕ ਨੂੰ ਸਾਡੇ ਥਾਣਾ ਬਰੀਵਾਲ ਦੇ ਵਿੱਚ ਇੱਕ ਰਾਤ ਨੂੰ ਫੋਨ ਆਇਆ ਵੀ ਜਿਹੜੇ ਮਾਨ ਸਿੰਘ ਪਿੰਡ ਵਾਲਾ ਹੈ, ਮਾਨ ਸਿੰਘ ਪਿੰਡ ਦੇ ਵਿੱਚ ਕੋਈ ਔਰਤ ਦਾ ਨਾ ਕਤਲ ਹੋ ਗਿਆ ਵਾ। ਜੇ ਕਤਲ ਤੋਂ ਬਾਅਦ ਜਿਹੜੀ ਸਾਡੇ SHO ਬਰੀਵਾਲਾ ਮੈਡਮ, DSP ਮੁਕਤਸਰ, DSP ਡੀ ਸਮੇਤ ਇੰਸਪੈਕਟਰ ਛਿੰਦਰਵਾਲ ਮੌਕੇ 'ਤੇ ਪੁੱਜ ਕੇ ਜਿਹੜੀ ਉੱਥੇ ਪੜਤਾਲ ਕੀਤੀ। ਜਿਹੜੀ ਔਰਤ ਸੀਗੀ ਉਹਦੇ ਕੋਈ ਤੇਜ਼ਧਾਰ ਹਥਿਆਰ ਨਾਲ ਸੱਟਾ ਮਾਰ ਗਏ ਸੀ ਕੋਈ, ਜਿਸ 'ਤੇ ਉਹਦੇ ਬੇਟੇ ਕਾਕਾ ਸਿੰਘ ਦੇ ਬਿਆਨ 'ਤੇ ਨਾਮਨੂੰ ਦੇ ਖਿਲਾਫ਼ FIR ਨੰਬਰ 62 ਅੰਡਰ ਸੈਕਸ਼ਨ 302 ਥਾਣਾ ਬਰੀਵਾਲਾ ਮੁਕੱਦਮਾ ਦਰਜ ਹੋਇਆ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੀ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਇਹਦਾ ਕਤਲ ਆ ਇਹਦੇ ਪਤੀ ਨੇ ਹੀ ਕੀਤਾ ਹੈਗਾ, ਸੋਹਣ ਸਿੰਘ ਨੇ, ਅਤੇ ਜਿਹਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ। ਗ੍ਰਿਫਤਾਰ ਕਰਕੇ ਅੱਗੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਆ। ਉਹ ਅਸੀਂ ਅੱਜ ਕੋਰਟ 'ਚ ਪੇਸ਼ ਕਰਕੇ ਅੱਗੇ ਰਿਮਾਂਡ ਲਵਾਂਗੇ ਉਹਦਾ। ਕਤਲ ਕਰਨ ਦਾ ਕਾਰਨ ਜਿਹੜਾ ਹੈਗਾ, ਇਹਦੇ ਪਤੀ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ ਵੀ ਇਹਦੇ ਕਿਸੇ ਨਾਲ ਨਜਾਇਜ਼ ਸੰਬੰਧ ਹੈਗੇ ਆ। ਉਹ ਉਹਨੇ ਇੱਕ ਤਾਂ ਕੁਹਾੜੀ, ਇੱਕ ਕੈਂਚੀ ਹੈਗੀ ਜਿਹੜੇ ਮਤਲਬ ਕਿ ਉਹਦੇ ਮਾਰੀਆਂ ਹੈਗੀਆਂ, ਉਹ ਸਾਨੂੰ ਬਰਾਮਦ ਵੀ ਹੋ ਗਿਆ। ਇਹ ਜਿਹੜਾ ਹੈਗਾ ਜੀ ਸੋਹਣ ਸਿੰਘ, ਇੱਕ ਵਾਰੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ, ਭੱਜ ਗਿਆ ਸੀਗਾ। ਹੁਣ ਉਹ ਜਦੋਂ ਉਹਨੂੰ ਪਤਾ ਲੱਗਾ ਵੀ ਮੇਰਾ ਸਾਰਾ ਕੁਛ ਪਤਾ ਲੱਗ ਚੁੱਕਿਆ ਵਾ ਇਹ ਗੱਲ ਦਾ ਹੈਗਾ, ਤਾਂ ਫਿਰ ਉਹ ਮੁਤਬਰ ਬੰਦਾ ਲੈ ਕੇ ਆਪ ਹੀ ਸਾਡੇ ਕੋਲ ਪੇਸ਼ ਹੋ ਗਿਆ ਸੀ।